ਬੇਅਦਬੀ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸਿੱਟ ਨੇ ਹਾਈ ਕੋਰਟ ਵਿੱਚ ਅਪੀਲ ਕਰਦਿਆਂ ਬਲਾਤਕਾਰੀ ਤੇ ਕਾਤਲ ਸਾਧ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਹਿਰਾਸਤੀ ਇੰਟਰੋਗੇਸ਼ਨ ਦੀ ਇਜਾਜ਼ਤ ਮੰਗੀ ਹੈ। ਡੇਰਾ ਮੁਖੀ ਵੱਲੋਂ ਪ੍ਰੋਡਕਸ਼ਨ ਵਾਰੰਟ ਰੱਦ ਕਰਨ ਦੀ ਅਰਜ਼ੀ ਖਾਰਜ ਕਰਨ ਦੀ ਵੀ ਸਿੱਟ ਨੇ ਮੰਗ ਕੀਤੀ ਹੈ। ਸੂਤਰ ਦੱਸਦੇ ਨੇ ਕਿ ਸਿੱਟ ਨੇ ਦਾਇਰ ਕੀਤੇ ਗਏ ਆਪਣੇ ਹਲਫੀਆ ਬਿਆਨ ਦੇ ਵਿੱਚ ਰੋਹਤਕ ਜੇਲ੍ਹ ਦੇ ਵਿੱਚ ਡੇਰਾ ਮੁਖੀ ਦੀ ਪੁੱਛਗਿੱਛ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ, ਇਸ ਲਈ ਉਸ ਨੂੰ ਪੁਲਿਸ ਕਸਟਡੀ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ। ਬਟਾਲਾ ਦੇ SSP ਮੁਖਵਿੰਦਰ ਸਿੰਘ ਭੁੱਲਰ ਰਾਹੀਂ ਦਾਇਰ ਕੀਤੇ ਗਏ ਹਲਫੀਆ ਬਿਆਨ ਦੇ ਵਿੱਚ ਕਿਹਾ ਗਿਆ ਕਿ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਸਿੱਟ ਨੇ ਜੇਲ੍ਹ ਦੇ ਵਿੱਚ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ। ਰਾਮ ਰਹੀਮ ਨੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਅਸਲ ਦੇ ਵਿੱਚ ਉਸਨੇ ਜਾਂਚ ਕੋਈ ਸਹਿਯੋਗ ਨਹੀਂ ਦਿੱਤਾ ਕਿਉਂਕਿ ਉਸਦੇ ਜਵਾਬ ਅਸਲੀ ਤੱਥਾਂ ਤੋਂ ਟਾਲਾ ਵੱਟਣ ਵਾਲੇ ਸਨ ਤੇ ਉਹ ਬੇਅਦਬੀ ਦੇ ਜੁਰਮ ਮੌਕੇ ਆਪਣੇ ਆਲੇ ਦੁਆਲੇ ਅਗਿਆਨਤਾ ਦਾ ਢੋਂਗ ਹੀ ਕਰਦਾ ਰਿਹਾ। ਇਸ ਲਈ ਡੇਰਾ ਮੁਖੀ ਦੀ ਪਟੀਸ਼ਨ ਹੈ ਜਿਹੜੀ ਉਹ ਰੱਦ ਕੀਤੀ ਜਾਵੇ ਕਿਉਂਕਿ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੋਏ ਜੁਰਮ ਦੀ ਪੂਰੀ ਸਾਜਿਸ਼ ਬੇਨਕਾਬ ਕਰਨ ਦੇ ਲਈ ਉਸਦੀ ਹਿਰਾਸਤੀ ਇੰਟੈਰੋਗੇਸ਼ਨ ਲਾਜ਼ਮੀ ਹੈ, ਯਾਨੀ ਕਿ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁੱਛ ਪੜਤਾਲ ਕਰਨੀ ਲਾਜ਼ਮੀ ਹੈ। ਸਿੱਟ ਨੇ ਆਪਣੇ ਹਲਫੀਆ ਬਿਆਨ ਦੇ ਨਾਲ ਡੇਰਾ ਮੁਖੀ ਨੂੰ ਪੁੱਛੇ ਗਏ ਸਵਾਲਾਂ ਤੇ ਉਸ ਵੱਲੋਂ ਦਿੱਤੇ ਗਏ ਜਵਾਬਾਂ ਦਾ ਪੂਰਾ ਵੇਰਵਾ ਨੱਥੀ ਕੀਤਾ ਹੈ। 8 ਨਵੰਬਰ ਨੂੰ ਪੰਜਾਬ ਪੁਲਿਸ ਦੀ ਸਿੱਟ ਹੈ ਜਿਹੜੀ ਉਹ IG ਪਰਮਾਰ ਦੀ ਅਗਵਾਈ ਦੇ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੇ ਲਈ ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚੀ ਸੀ। 9 ਘੰਟੇ ਲੰਬੀ ਪੁੱਛ ਪੜਤਾਲ ਹੋਈ ਸੀ। ਬਾਹਰ ਆ ਕੇ ਪਰਮਾਰ ਨੇ ਕਿਸੇ ਵੀ ਸਵਾਲ ਦਾ ਜਵਾਬ ਜਿਹੜਾ ਹੈਗਾ ਉਹ ਸਪਸ਼ਟ ਤਰੀਕੇ ਨਾਲ ਨਹੀਂ ਦਿੱਤਾ ਸੀ। ਉਹਨਾਂ ਨੇ ਸਾਫ਼ ਇਹ ਕਿਹਾ ਸੀ ਕਿ 12 ਤਰੀਕ ਨੂੰ ਅਸੀਂ ਹਾਈਕੋਰਟ ਦੇ ਵਿੱਚ ਸਾਰੀ ਜਾਂਚ ਰਿਪੋਰਟ ਹੈ ਜਿਹੜੀ ਉਹ ਸੌਂਪ ਦੇਵਾਂਗੇ। ਸੋ ਜਾਂਚ ਰਿਪੋਰਟ ਸਿੱਟ ਨੇ ਸੌਂਪ ਦਿੱਤੀ ਹੈ ਜਾਂ ਫਿਰ ਸਿਰਫ ਤੇ ਸਿਰਫ ਰਾਮ ਰਹੀਮ ਦੇ ਮਸਲੇ ਨੂੰ ਲੈ ਕੇ, ਰਾਮ ਰਹੀਮ ਦੀ ਪੁੱਛ ਪੜਤਾਲ ਨੂੰ ਲੈ ਕੇ ਜਿਹੜਾ ਹੈਗਾ ਇਜਾਜ਼ਤ ਮੰਗੀ ਹੈ ਉਸਦੀ ਹਿਰਾਸਤੀ ਇੰਟੈਰੋਗੇਸ਼ਨ ਦੀ, ਕਿਉਂਕਿ ਜਿਹੜੀ ਜਾਂਚ ਰਿਪੋਰਟ ਸੌਂਪਣੀ ਹੈ ਉਹ ਪੂਰੇ ਮਾਮਲੇ ਦੀ ਤਹਿ ਤੱਕ ਜਾ ਕੇ ਹੀ ਸੌਂਪੀ ਜਾਣੀ ਹੈ। ਜਿਹੜਾ ਪਿਛਲੇ ਸਮੇਂ ਦੇ ਵਿੱਚ 6 ਮਹੀਨੇ ਦਾ ਸਮਾਂ ਦਿੱਤਾ ਸੀ, ਹਾਈਕੋਰਟ ਨੇ ਕਿਹਾ ਸੀ ਕਿ 6 ਮਹੀਨੇ ਦੇ ਵਿੱਚ ਤੁਸੀਂ ਜਾਂਚ ਕਰਕੇ ਰਿਪੋਰਟ ਸੌਂਪ ਦਿਓ, ਉਸ ਤੋਂ ਪਹਿਲਾਂ ਵੀ ਸੌਂਪ ਸਕਦੇ ਹੋ। ਪਰ ਹਜੇ ਜਦੋਂ ਰਾਮ ਰਹੀਮ ਦੇ ਸਵਾਲਾਂ ਤੋਂ ਹੀ ਜਵਾਬਾਂ ਤੋਂ ਹੀ ਸੰਤੁਸ਼ਟ ਨਹੀਂ ਹੈ ਸਿੱਟ, ਤਾਂ ਹੁਣ ਦੇਖੋ ਕਿ ਕਦੋਂ ਤੱਕ ਇਹ ਜਾਂਚ ਹੈ ਜਿਹੜੀ ਉਹ ਸਿਰੇ ਚੜੂਗੀ।